ਰਾਸ਼ਟਰਪਤੀ ਭਵਨ 'ਚ ਨਾ ਹੀ ਤੇਂਦੂਆ ਵੜਿਆ ਸੀ ਤੇ ਨਾ ਹੀ ਜੰਗਲੀ ਬਿੱਲਾ। ਸਹੁੰ ਚੁੱਕ ਸਮਾਗਮ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਦਰਅਸਲ ਫੇਕ ਦੱਸੀ ਜਾ ਰਹੀ ਹੈ। ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਕਿ ਕਈ ਮੀਡੀਆ ਚੈਨਲ ਅਤੇ ਸੋਸ਼ਲ ਮੀਡੀਆ 'ਤੇ ਜਿਹੜੇ ਵੀਡੀਓ ਪਾ ਰਹੇ ਨੇ ਲੋਕ, ਉਸ ਦੇ ਵਿੱਚ ਉਸ ਚੀਜ਼ ਨੂੰ ਉਹ ਇੱਕ ਜੰਗਲੀ ਜਾਨਵਰ ਦੱਸ ਰਹੇ ਨੇ। ਹਾਲਾਂਕਿ ਉਹ ਜੰਗਲੀ ਜਾਨਵਰ ਨਹੀਂ, ਇੱਕ ਘਰੇਲੂ ਬਿੱਲੀ ਹੈ। ਤਾਂ ਇਹਨਾਂ ਰੂਮਰਸ ਤੋਂ, ਯਾਨੀ ਕਿ ਇਹਨਾਂ ਅਫਵਾਹਾਂ ਤੋਂ ਦੂਰ ਰਹਿਣ ਦਿੱਲੀ ਪੁਲਿਸ ਨੇ ਇਹ ਅਪੀਲ ਵੀ ਕੀਤੀ ਹੈ। ਦਿੱਲੀ ਪੁਲਿਸ ਦੇ ਵੱਲੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਹੈ। ਟਵੀਟ 'ਤੇ ਉਹਨਾਂ ਨੇ ਲਿਖਿਆ ਹੈ ਕਿ ਕੁਝ ਮੀਡੀਆ ਚੈਨਲ ਅਤੇ ਸੋਸ਼ਲ ਮੀਡੀਆ ਹੈਂਡਲਰਸ ਇੱਕ ਵੀਡੀਓ ਚਲਾ ਰਹੇ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਲਾਈਵ ਟੈਲੀਕਾਸਟ ਦੇ ਅੰਦਰ, ਜਿਸ ਦੇ ਵਿੱਚ ਸਹੁੰ ਚੁੱਕ ਸਮਾਗਮ ਚੱਲ ਰਿਹਾ ਹੁੰਦਾ ਹੈ, ਪਿੱਛੇ ਰਾਸ਼ਟਰਪਤੀ ਭਵਨ ਅੰਦਰ ਇੱਕ ਜਾਨਵਰ ਦੇਖਿਆ ਗਿਆ ਅਤੇ ਉਹ ਉਸ ਜਾਨਵਰ ਨੂੰ ਤੇਂਦੂਆ, ਕਈ ਲੋਕ ਵੱਡੀ ਬਿੱਲੀ, ਜੰਗਲੀ ਬਿੱਲੀ ਲਿਖ ਕੇ ਚਲਾ ਰਹੇ ਨੇ। ਦਰਅਸਲ ਉਹ ਵਾਈਲਡ, ਨਾ ਹੀ ਵਾਈਲਡ ਕੈਟ ਹੈ ਅਤੇ ਨਾ ਹੀ ਤੇਂਦੂਆ। ਉਹਨਾਂ ਨੇ ਲਿਖਿਆ ਹੈ ਕਿ ਜੋ ਕੁਝ ਵੀ ਕੈਮਰੇ ਦੇ ਅੰਦਰ ਕੈਦ ਹੋਇਆ ਉਹ ਇੱਕ ਘਰੇਲੂ ਬਿੱਲੀ ਹੈ। ਘਰੇਲੂ ਬਿੱਲੀ 'ਤੇ ਪਰਛਾਈ ਪਈ ਜਿਸ ਕਰਕੇ ਉਹ ਵੱਡੇ ਆਕਾਰ 'ਚ ਦਿਖੀ। ਇਹ ਦਿੱਲੀ ਪੁਲਿਸ ਦੇ ਵੱਲੋਂ ਟਵੀਟ ਸਾਂਝਾ ਕੀਤਾ ਗਿਆ ਹੈ ਕਿਉਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ 'ਤੇ ਲਗਾਤਾਰ ਦਬਾਅ ਬਣ ਰਿਹਾ ਸੀ ਕਿ ਰਾਸ਼ਟਰਪਤੀ ਭਵਨ ਦੇ ਅੰਦਰ ਇੱਕ ਜੰਗਲੀ ਜਾਨਵਰ ਕਿਵੇਂ ਵੜ ਗਿਆ। ਤਾਂ ਪੁਲਿਸ ਦੇ ਵੱਲੋਂ ਇਹ ਹੁਣ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹ ਇੱਕ ਪਾਲਤੂ ਬਿੱਲੀ ਸੀ, ਘਰੇਲੂ ਬਿੱਲੀ ਸੀ, ਨਾ ਕਿ ਕੋਈ ਤੇਂਦੂਆ ਜਾਂ ਜੰਗਲੀ ਬਿੱਲਾ। ਰਾਸ਼ਟਰਪਤੀ ਭਵਨ 'ਚ ਨਾ ਹੀ ਤੇਂਦੂਆ ਵੜਿਆ ਸੀ ਅਤੇ ਨਾ ਹੀ ਜੰਗਲੀ ਬਿੱਲਾ। ਸਹੁੰ ਚੁੱਕ ਸਮਾਗਮ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਦਰਅਸਲ ਫੇਕ ਦੱਸੀ ਜਾ ਰਹੀ ਹੈ। ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਕਿ ਕਈ ਮੀਡੀਆ ਚੈਨਲ ਅਤੇ ਸੋਸ਼ਲ ਮੀਡੀਆ 'ਤੇ ਜਿਹੜੇ ਵੀਡੀਓ ਪਾ ਰਹੇ ਨੇ ਲੋਕ, ਉਸ ਦੇ ਵਿੱਚ ਉਸ ਚੀਜ਼ ਨੂੰ ਉਹ ਇੱਕ ਜੰਗਲੀ ਜਾਨਵਰ ਦੱਸ ਰਹੇ ਨੇ। ਹਾਲਾਂਕਿ ਉਹ ਜੰਗਲੀ ਜਾਨਵਰ ਨਹੀਂ, ਇੱਕ ਘਰੇਲੂ ਬਿੱਲੀ ਹੈ। ਤਾਂ ਇਹਨਾਂ ਰੂਮਰਸ ਤੋਂ, ਯਾਨੀ ਕਿ ਇਹਨਾਂ ਅਫਵਾਹਾਂ ਤੋਂ ਦੂਰ ਰਹਿਣ ਦਿੱਲੀ ਪੁਲਿਸ ਨੇ ਇਹ ਅਪੀਲ ਵੀ ਕੀਤੀ ਹੈ। ਦਿੱਲੀ ਪੁਲਿਸ ਦੇ ਵੱਲੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਹੈ। ਟਵੀਟ 'ਤੇ ਉਹਨਾਂ ਨੇ ਲਿਖਿਆ ਹੈ ਕਿ ਕੁਝ ਮੀਡੀਆ ਚੈਨਲ ਅਤੇ ਸੋਸ਼ਲ ਮੀਡੀਆ ਹੈਂਡਲਰਸ ਇੱਕ ਵੀਡੀਓ ਚਲਾ ਰਹੇ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਲਾਈਵ ਟੈਲੀਕਾਸਟ ਦੇ ਅੰਦਰ, ਜਿਸ ਦੇ ਵਿੱਚ ਸਹੁੰ ਚੁੱਕ ਸਮਾਗਮ ਚੱਲ ਰਿਹਾ ਹੁੰਦਾ ਹੈ, ਪਿੱਛੇ ਰਾਸ਼ਟਰਪਤੀ ਭਵਨ ਅੰਦਰ ਇੱਕ ਜਾਨਵਰ ਦੇਖਿਆ ਗਿਆ ਅਤੇ ਉਹ ਉਸ ਜਾਨਵਰ ਨੂੰ ਤੇਂਦੂਆ, ਕਈ ਲੋਕ ਵੱਡੀ ਬਿੱਲੀ, ਜੰਗਲੀ ਬਿੱਲੀ ਲਿਖ ਕੇ ਚਲਾ ਰਹੇ ਨੇ। ਦਰਅਸਲ ਉਹ ਵਾਈਲਡ, ਨਾ ਹੀ ਵਾਈਲਡ ਕੈਟ ਹੈ ਅਤੇ ਨਾ ਹੀ ਤੇਂਦੂਆ। ਉਹਨਾਂ ਨੇ ਲਿਖਿਆ ਹੈ ਕਿ ਜੋ ਕੁਝ ਵੀ ਕੈਮਰੇ ਦੇ ਅੰਦਰ ਕੈਦ ਹੋਇਆ ਉਹ ਇੱਕ ਘਰੇਲੂ ਬਿੱਲੀ ਹੈ। ਘਰੇਲੂ ਬਿੱਲੀ 'ਤੇ ਪਰਛਾਈ ਪਈ ਜਿਸ ਕਰਕੇ ਉਹ ਵੱਡੇ ਆਕਾਰ 'ਚ ਦਿਖੀ। ਇਹ ਦਿੱਲੀ ਪੁਲਿਸ ਦੇ ਵੱਲੋਂ ਟਵੀਟ ਸਾਂਝਾ ਕੀਤਾ ਗਿਆ ਹੈ ਕਿਉਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ 'ਤੇ ਲਗਾਤਾਰ ਦਬਾਅ ਬਣ ਰਿਹਾ ਸੀ ਕਿ ਰਾਸ਼ਟਰਪਤੀ ਭਵਨ ਦੇ ਅੰਦਰ ਇੱਕ ਜੰਗਲੀ ਜਾਨਵਰ ਕਿਵੇਂ ਵੜ ਗਿਆ। ਤਾਂ ਪੁਲਿਸ ਦੇ ਵੱਲੋਂ ਇਹ ਹੁਣ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹ ਇੱਕ ਪਾਲਤੂ ਬਿੱਲੀ ਸੀ, ਘਰੇਲੂ ਬਿੱਲੀ ਸੀ, ਨਾ ਕਿ ਕੋਈ ਤੇਂਦੂਆ ਜਾਂ ਜੰਗਲੀ ਬਿੱਲਾ।